ਇਹ ਧਰਤੀ ਜੇ ਰੱਬ ਦੀ ਹੁੰਦੀ ਕਸਮੇ ਰੱਬ ਦੀ ਸਭ ਤੇ ਹੁੰਦੀ ਮਸਜਿਦ ਮੇਰੀ ਤੂੰ ਕਿਉਂ ਟਾਵੇਂ ਮੈਂ ਕਿਉਂ ਤੋੜਾ ਮੰਦਰ ਨੂੰ ਆ ਜਾ ਦੋਵੇਂ ਬਹਿ ਕੇ ਪੜੀਏ ਇੱਕ ਦੂਜੇ ਦੇ ਅੰਦਰ ਬੇਹਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪਤਰਾ ਦਾ ਤੂੰ ਮੈਨੂੰ ਇੱਕ ਦੋਸਤ ਸਾਡੇ ਬੜੇ ਬਜ਼ੁਰਗ ਉਹਨਾਂ ਦਾ ਫੋਨ ਆਇਆ ਮੈਨੂੰ ਕਹਿੰਦੇ ਕਿ ਬਾਬਾ ਜੀ ਕੁਝ ਪੰਜਾਬੀ ਬਾਰੇ ਕੁਝ ਜ਼ਿਆਦਾ ਨਹੀਂ ਹੋ ਗਿਆ ਬੀਬੀ ਸਾਹਿਬ ਕਹਿੰਦੇ ਭਾਈ ਇੱਕ ਸੈਕਿੰਡ ਮੈਂ ਜਰਾ ਇਹ ਜਰਾ ਮਾਈਕ ਦੇ ਮੈਂ ਸ ਨੌਜਵਾਨ ਬਾਰੇ ਗੱਲ ਕਰੀ ਕਿਨੂੰ ਸੁਜੀ ਕੀ ਸੁਜੀ ਕਿ ਇਹ ਬਾਬਾ ਨਜ਼ਮੀ ਇਹ ਸੁਮਝਣ ਲੱਗ ਗਿਆ ਧਰਮੀ ਜਿਹੜੇ ਲੋਕ ਨੇ ਅਗਰ ਉਹ ਆਪਣੇ ਦਾਇਰੇ ਚ ਰਹਿਣ ਆਪਣੇ ਆਪਣੇ ਧਰਮ ਚ ਰਹਿਣ ਤੇ ਮੇਰੇ ਖਿਆਲ ਨਾ ਮੇਰੇ ਕੋਲੋਂ ਤੁਹਾਨੂੰ ਤਕਲੀਫ ਹੋ ਸਕਦੀ ਨਾ ਤੁਹਾਡੇ ਕੋਲੋਂ ਮੈਨੂੰ ਤਕਲੀਫ ਹੋ ਸਕਦੀ ਤਾਂ ਪੰਜਾਬੀ ਉਹਨਾਂ ਕਾ ਪੰਜਾਬੀ ਜ਼ਬਾਨ ਨਹੀਂ ਹੈ ਇਹ ਬੋਲੀ ਹੈ ਉਹਦਾ ਜਿਹੜਾ ਇਹ ਬਿਆਨ ਸੀ ਉਹ ਮੈਂ ਕਰਾਚੀ ਦੇ ਅਖਬਾਰ ਚ ਪੜਿਆ ਮੈਨੂੰ ਬੜਾ ਗੁੱਸਾ ਆਇਆ ਉਹ ਮੈਂ ਕਰ ਗਿਆ ਤੇ ਫਿਰ ਮੈਂ ਉਹ ਰਾਤ ਉਸ ਕਿ ਉਹਨੂੰ ਮਤਕ ਨਜ਼ਮ ਲਿਖਿਆ ਦੀ ਬਾਜ਼ੀ ਜਿੱਤਣ ਨਾਲੋਂ ਹਰ ਜਾਈਏ ਤੇ ਚੰਗਾ ਏ ਭੱਜਣ ਨਾਲੋਂ ਵਿੱਚ ਮੈਦਾਨੋਂ ਮਰ ਜਾਈਏ ਤਾਂ ਚੰਗਾ ਏ ਚੜੀ ਹਨੇਰੀ ਰੱਬ ਹੀ ਜਾਣੇ ਕਿਹੜਾ ਰੰਗ ਵਿਖਾਏਗੀ ਇਹਦੇ ਆਉਣ ਤੋਂ ਪਹਿਲਾਂ ਪਹਿਲਾਂ ਘਰ ਜਾਈਏ ਤਾਂ ਚੰਗਾ ਏ ਹੋਰੇ ਕੱਲ ਮਿਲੇਨਾ ਮੌਕਾ ਫੇਰ ਇਕੱਠਿਆਂ ਹੋਵਣ ਦਾ ਹੋਰੇ ਕੱਲ ਮਿਲੇਨਾ ਮੌਕਾ ਫੇਰ ਇਕੱਠਿਆਂ ਹੋਵਣ ਦਾ ਕੱਲ ਦੀਆਂ ਵੀ ਕੁਝ ਅੱਜ ਗੱਲਾਂ ਕਰ ਜਾਈਏ ਤੇ ਚੰਗਾ ਏ ਕਿਉਂ ਵੇਲੇ ਦੀ ਉਂਗਲ ਫੜ ਕੇ ਬਾਲ ਸਦਾਈਏ ਲੋਕਾਂ ਤੋਂ ਕਿਉਂ ਵੇਲੇ ਦੀ ਉਂਗਲ ਫੜ ਕੇ ਬਾਲ ਸਦਾਈਏ ਲੋਕਾਂ ਤੋਂ ਨਕਲਾਂ ਨਾਲੋਂ ਕੋਰਾ ਪਰਚਾ ਧਰ ਜਾਈਏ ਤੇ ਚੰਗਾ ਏ ਹੋਰੇ ਕੱਲ ਨੂੰ ਪੀੜ ਮਨਾਵੇ ਜੁੱਸਾ ਬਾਬਾ ਫੁੱਲਾਂ ਦੀ ਹੋਰੇ ਕੱਲ ਨੂੰ ਪੀੜ ਮਨਾਵੇ ਜੁੱਸਾ ਬਾਬਾ ਫੁੱਲਾਂ ਦੀ ਪਰਖ ਕਰਾਉਣ ਲਈ ਕੁਝ ਪੱਥਰ ਜਰ ਜਾਈਏ ਤੇ ਚੰਗਾ ਆਏ ਜੀ ਬਿਲਕੁਲ ਇਹਨਾ ਸਤਰਾਂ ਦੇ ਲਿਖਣ ਵਾਲੇ ਬਾਬਾ ਨਜਮੀ ਅੱਜ ਸਾਡੇ ਦਰਮਿਆਨ ਨੇ ਪ੍ਰੋਗਰਾਮ ਰੌਸ਼ਨੀ ਦੇ ਬਹਾਨੇ ਤੁਹਾਡੇ ਉਹਨਾਂ ਨੂੰ ਅਸੀਂ ਰੂਬਰੂ ਕਰ ਰਹੇ ਹਾਂ ਕੁਝ ਹੀ ਪਲਾਂ ਦੇ ਵਿੱਚ ਸਾਡੇ ਧਨ ਭਾਗ ਕੇ ਬਾਬਾ ਨਜਮੀ ਖੁਦ ਸਟੂਡੀਓ ਦੇ ਵਿੱਚ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਆਪਾਂ ਆਰੰਭ ਕਰਦੇ ਹਾਂ ਥੋੜੀ ਜਿੰਨੀ ਡਿਲੇ ਹੋ ਗਈ ਪਰ 올 ਇਜ਼ ਵੈਲ ਦੈਟ ਐਂਡਸ ਵੈਲ ਤੇ ਬਾਬਾ ਜੀ ਸਟੂਡੀਓ ਦੇ ਵਿੱਚ ਨੇ ਬਹੁਤ-ਬਹੁਤ ਖੁਸ਼ ਆਮਦੀਦ ਬਾਬਾ ਨਜ਼ਮੀ ਜੀ ਬਿਸਮਿਲ্লাহ ਜੀ ਬੜੀ ਮੁਹੱਬਤ ਸਾਨੂੰ ਯਾਦ ਕੀਤਾ ਅਸੀਂ ਯਾਦ ਰੋ ਅੱਜ ਦਾ ਪ੍ਰੋਗਰਾਮ ਰੌਸ਼ਨੀ ਵਾਕਈ ਰੌਸ਼ਨ ਰੌਸ਼ਨ ਹੋ ਗਿਆ ਬੜੀ ਮੁਹੱਬਤ ਜੀ ਬੜੀ ਮੁਹੱਬਤ ਸ਼ੁਕਰੀਆ ਤੇ ਅਸੀਂ ਗੱਲਬਾਤ ਉਂਝ ਤੇ ਮੈਂ ਕੱਲ ਸੋਚ ਰਹੀ ਸੀ ਵੀ ਤੁਹਾਡੇ ਨਾਲ ਗੱਲ ਆਖਰ ਵਿਸ਼ੇ ਕਿਹੜੇ ਤੇ ਕੀਤੀ ਜਾਵੇ ਜਿੱਤੇ ਗੱਲ ਨਹੀਂ ਹੋਈ ਹੋਈ ਜਿੱਥੋਂ ਤੁਸੀਂ ਸ਼ੁਰੂ ਕਰ ਲਓ ਤੇ ਲੇਕਿਨ ਬਹੁਤ ਸਾਰੀਆਂ ਜ਼ਾਹਰ ਗੱਲਾਂ ਹੋ ਚੁੱਕੀਆਂ ਨੇ ਐਕਸਲ ਸਾਲਾਂ ਦਾ ਬਿਆਨ ਹੀ ਦੇਰ ਹੋ ਗਈ ਇਸ ਵਿੱਚ ਖੇਤਰ ਵਿੱਚ ਜ਼ਾਹਰ ਹੈ ਕਿ ਬਹੁਤ ਕੁਝ ਪੁੱਛੂ ਲੈ ਲੋਕਾਂ ਨੇ ਬਰ ਜੋ ਤੁਸੀਂ ਪੁੱਛਣਾ ਚਾਹੁੰਦੇ ਹੋ ਉਹ ਅਸੀਂ ਦੱਸ ਦਿਆਂਗੇ ਗੱਲ ਆਪਾਂ ਸ਼ੁਰੂ ਤੋਂ ਹੀ ਸ਼ੁਰੂ ਕਰਦੇ ਆ ਜੀ ਜੀ ਤੁਸੀਂ ਕਈ ਫੋਰਮਸ ਦੇ ਉੱਤੇ ਦੱਸਿਆ ਵੀ ਹੈ ਤੁਹਾਡੇ ਬਾਰੇ ਲਿਖਿਆ ਵੀ ਗਿਆ ਹੈ ਲੈਂਦੇ ਤੇ ਚੜਦੇ ਪੰਜਾਬ ਦੇ ਵਿੱਚ ਇੱਕੋ ਜਿੰਨੇ ਮਕਬੂਲ ਹੋ ਹਾਏ ਬੜਾ ਕਰ ਮੈਂ ਮੰਨ ਤਕਿ ਮੇਰੇ ਵਾਸਤੇ ਬੜੇ ਮਾਨ ਵਾਲੀ ਗੱਲ ਹੈ ਕਿ ਜਿੰਨਾ ਮੈਨੂੰ ਲੈਂਦੇ ਪੰਜਾਬ ਸਿਰ ਬਲਕੇ ਮੈਂ ਕਹਾਂਗਾ ਕਿ ਚੜ੍ਹਦੇ ਪੰਜਾਬ ਦੇ ਕੁਝ ਸ਼ਲੋਕ ਜ਼ਿਆਦਾ ਪਿਆਰ ਕਰਦੇ ਹਾਂ ਹਮਮ ਕੋਲ ਕਿਉਂ ਉਹਦੀ ਵਜ੍ਹਾ ਕਿ ਉਹਨਾਂ ਨੇ ਤਸੱਦਕ ਕੀਤਾ ਕਿ ਮੇਰਾ ਮੇਰੇ ਜੀਵਨ ਦੇ ਜੀਦਾ ਮਜਸਮਾ ਉਤੇ ਲਾਦਦਾ ਇਸ ਤੋਂ ਵੱਡੀ ਮਾਨਤਾ ਜਾਂ ਪਿਆਰ ਵਾਲੀ ਕਿਹੜੀ ਗੱਲ ਹੋ ਸਕਦੀ ਕਿ ਮੋਗਦ ਵਿੱਚ ਉਹਨਾਂ ਨੇ ਮਨਜੀਤ ਗੇਲੋ ਨਾ ਮੇਰਾ ਮਜਸਮਾ ਲਾਤਾ ਜਦ ਕਿ ਉਹਦੋਂ ਮੈਂ ਅਜ ਤੂੰ 14 ਤੇ 8 14 ਤੇ ਆਹ ਉਹ ਵਾਟ ਸਰ ਤੇ ਬੜੀ ਵੱਡੀ ਕਹਿੰਦੇ ਕਿਸੇ ਜਿੰਦ ਦੇ ਜੀਤਾ ਬੰਦਾ ਮੈਂ ਜਸਮਨਾ ਲਾਦ ਨਾਲ ਕੇ ਇੱਥੇ ਤੇ ਬਹੁਤ ਬਹੁਤ ਵੱਡੇ ਫਨਕਾਰਾ ਬੜੇ ਵੱਡੇ ਲੋਕਾਂ ਦੇ ਨਹੀਂ ਲੱਗਦੇ ਪਤਾ ਨਹੀਂ ਉਹਨਾਂ ਨੂੰ ਕੀ ਨਜ਼ਰ ਮੇਰੇ ਵਿੱਚ ਆਇਆ ਤੇ ਉਹਨਾਂ ਨੇ ਇਹ ਕੰਮ ਕਰ ਦਿੱਤਾ ਦੇਖੋ ਨਜ਼ਰ ਆਉਣ ਵਾਲੀ ਗੱਲ ਜਿੱਥੇ ਤੱਕ ਹੈ ਤੁਹਾਡੀ ਤਾਂ ਇਕੱਲੀ ਇਕੱਲੀ ਸਤਰ ਇਕੱਲਾ ਕਲਾ ਲਫ਼ਜ਼ ਤੁਹਾਡਾ ਸਾਡੇ ਵਾਸਤੇ ਵਾ ਵਾ ਕਹਿਣ ਵਾਲੀ ਗੱਲ ਵੀ ਹੈ ਬੜੀਆਂ ਸਾਰੀਆਂ ਜਈਆਂ ਗੱਲਾਂ ਤੁਸੀਂ ਆਖੀਆਂ ਨੇ ਜਿਹੜੀਆਂ ਸ਼ਾਇਦ ਸਾਡੇ ਜ਼ਿਹਨਾਂ ਦੇ ਵਿੱਚ ਮੌਜੂਦ ਸੀ ਪਰ ਉਹਨਾਂ ਦਾ ਤਰਜਮਾ ਤੁਸੀਂ ਆਪਣੇ ਲਫ਼ਜ਼ਾਂ ਦੇ ਵਿੱਚ ਕਰ ਦਿੱਤਾ ਹੈ ਆਮ ਲੋਕਾਂ ਦੀ ਗੱਲਬਾਤ ਆਮ ਲੋਕਾਂ ਦੀ ਸੋਚ ਗੱਲਾਂ ਤੇ ਮਾਸੇ ਵਿੱਚ ਟੁਰੀਆਂ ਫਿਰਦੀਆਂ ਰਹਿੰਦੀਆਂ ਨੇ ਉਹ ਕੁਝ ਕਿਸੇ ਦੇ ਜ਼ਿਹਨ ਚ ਉਹਨੂੰ ਉਹ ਐਕਸੈਪਟ ਕਰ ਲੈਂਦਾ ਸੋਚ ਔਰ ਜ਼ਿਹਨ ਜਿਹੜਾ ਕਬੂਲ ਕਰ ਲੈਂਦਾ ਉਹ ਨਿਕਲ ਜਾਂਦੀਆਂ ਨੇ ਲੇਕਿਨ ਹੁੰਦੀਆਂ ਲੁਕਾਈ ਦੀਆਂ ਗੱਲਾਂ ਨੇ ਸ਼ਾਇਰ ਫਨਕਾਰ ਅਫਸਾਨਾ ਨਿਗਰ ਇਹ ਲੁਕਾਈ ਲੁਕਾਈ ਦੀਆਂ ਗੱਲਾਂ ਕਰਦਾ ਹੈ ਲੇਕਿਨ ਉਹ ਲੋਕ ਸਮਝਦੇ ਕਿ ਸਾਡੀਆਂ ਨੇ ਹੁੰਦੀਆਂ ਕਰ ਮਾਸ਼ਰੇ ਦੀਆਂ ਗੱਲਾਂ ਲੈ ਲੇਕਿਨ ਉਹ ਪਹਿਲੇ ਉਹਨਾਂ ਤੀ ਕਰਨੇ ਆਪਣੇ ਹੁੰਦੀਆਂ ਜਦੋਂ ਆਪਣੇ ਅਹਿਦ ਦੀ ਗੱਲ ਦੂਜੇ ਤੀ ਜਾਂਦੀ ਹੈ ਤਾਂ ਕਹਿੰਦਾ ਯਾਰ ਇਹ ਤੂੰ ਬੰਦਾ ਸਾਡੇ ਦਿਲ ਦੀ ਗੱਲ ਕਰ ਮੈਂ ਵੀ ਕਹਿ ਰਿਹਾ ਕਹਿਣਾ ਚਾਹ ਰਿਹਾ ਸੀ ਕੁਝ ਲੇਕਿਨ ਮੈਂ ਕਹਿ ਨਹੀਂ ਸਕਿਆ ਲੇਕਿਨ ਚੁਕੇ ਫਨਕਾਰ ਔਰ ਆਰਟਿਸਟ ਜਾਂ ਸ਼ਾਇਰ ਕਵੀ ਜਿਹੜਾ ਇਹਨੂੰ ਕੁਝ ਅਲੱਗ ਜੀ ਦੇਣ ਹੁੰਦੀ ਹੈ ਰੱਬ ਦੀ ਜੋ ਲੋਕ ਨਹੀਂ ਕਹਿ ਸਕਦੇ ਇਹ ਕਹਿ ਦਿੰਦਾ ਹੈ ਬਸ ਇਹਨਾਂ ਫਰਕ ਹੈ ਬਾਬਾ ਨਜਮੀ ਜਨਮ ਤੋਂ ਤਾਂ ਬਾਬਾ ਨਹੀਂ ਸੀ ਨਹੀਂ ਜਦੋਂ ਮੈਂ 15 ਜਨਮ ਤੋਂ ਮੇਬੀ ਕਿ ਕਿਤੇ ਹੋਵਾਂ ਲੇਕਿਨ ਜਦੋਂ ਮੈਂ 15 ਸਾਲ ਦਾ ਸਾਂ ਮੈਂ ਮੁਕੰਮਲ ਤੌਰ ਤੇ ਬਾਬਾ ਸਾਂ ਔਰ ਮੈਨੂੰ ਮੇਰੇ ਵਹਿ ਤੋਂ ਲੋਕ ਪਹਿਲੇ ਹੀ ਬਾਬਾ ਨਜ਼ਮੀ ਨਜ਼ਮੀ ਪਹਿਲੇ ਫਿਰ ਉਸ ਨਾਲ ਬਾਬਾ ਲੱਗ ਗਿਆ ਤੇ ਲੋਕੀ ਬਾਬਾ ਨਜ਼ਮੀ ਕਹਿਣਾ ਸ਼ੁਰੂ ਹੋ ਗਿਆ ਜਦੋਂ ਤੁਸੀਂ ਪਲੇ ਕੀਤਾ ਤੇ ਜਿਹਦੇ ਵਿੱਚ ਲਾਈ ਹੋਈ ਸੀ ਜੀ ਹਾਂ ਲਾਈਵ ਹੋਈ ਸੀ ਦੋ ਮੇਰੇ ਅਜ਼ੀਜ਼ੀ ਸਨ ਉਹਨਾਂ ਨੇ ਦੇਖਿਆ ਇਹ ਲੋਕ ਅੱਗੇ ਪਹਿਲੇ ਤੇ ਨਜ਼ਮੀ ਸੀ ਅੱਜ ਤੋਂ ਬਾਬਾ ਨਜ਼ਮੀ ਹੋ ਗਏ ਅੱਛਾ ਉਹ ਇਸ ਕਿਸਮ ਨਾਲ ਇਹਨਾਂ ਨਾਲ ਇੱਕ ਜੁੜਿਆ ਵਾਕਿਆ ਤੁਹਾਨੂੰ ਸੁਣਾਉਂਦੇ ਆ ਕਿ एक कराची के मुशारा हो सन कोई छियासी सतासी की गल है तो बेनजीर दौर से तो और मुशारा हो रहा से आर्ट कौंसल असी बैठे उधरों कंवर महेंद्र सिंह बेदी बहुत बड़ा ना है साढ़े पाकिस्तान के जिने वे शायर सन उत मौजूद तो जिसमें मेरा नाम बुलाया गया पुकारया गया कि तो बेदी साहब हैरान हो गए कि यार बा नजमी ਤੂੰ ਮਾਈਕ ਤੂੰ ਜਿਹੜੇ ਬੁਲਾ ਰਹੇ ਸਨ ਕਵੀਆਂ ਨੂੰ ਕਾਜੀ ਤੁਹਾਡੀ ਵਾਰੀ ਤੁਹਾਡੀ ਵਾਰੀ ਤੂੰ ਬੇਚਪ ਗਏ ਨਹੀਂ ਭਾਈ 1 ਸੈਕਿੰਡ ਮੈਨੂੰ ਜਰਾ ਜਰਾ ਮਾਈਕ ਦੇ ਮੈਂ ਸ ਨੌਜਵਾਨ ਬਾਰੇ ਗੱਲ ਕਰਨੀ ਕਿ ਨੂੰ ਸੁਜੀ ਕੀ ਸੁਜੀ ਕਿ ਇਹ ਬਾਬਾ ਨਜ਼ਮੀ ਇਹ ਸੁਮਝ ਮੰਨ ਗਿਆ ਉਸ ਵੇਲੇ ਮੇਰੀ ਉਮਰ ਵੀ ਕੋਈ 5 26 7 ਸੀ ਤੇ ਉਹ ਪਬਲਿਕ ਇਹ ਨਾਂ ਬਦਲ ਕੀ ਸੁਜੀ ਤੁ ਲੋਕਾਂ ਨੇ ਕਹਿਜੀ ਜੀ ਤਾਨੂੰ ਬਾਬਨ ਅਜ਼ਮੀ ਨਾ ਪਸੰਦ ਨਹੀਂ ਹੈ ਤੇ ਤੁਸੀਂ ਬੁ ਰੱਖਦੇ ਹੋ ਆਪਣਾ ਜਿਹਾ ਨਾਂ ਰੱਖਣਾ ਚੰਦੇ ਕਹਿੰਦੇ ਨਹੀਂ ਇਹ ਇਹਨਾਂ ਦੀ ਮਰਜ਼ੀ ਤੇ ਮੈਂ ਵੀ ਫਿਰ ਬੇਦ ਸਭ ਨੂੰ ਕਹਿੰ ਮੈਂ ਕਸੂਰ ਅੱਜ ਤੁਸੀਂ ਮੇਰਾ ਅਗਰ ਕੋਈ ਨਵਾਂ ਨਾਂ ਅੱਜ ਦੀ ਮਹਿਫਿਲ 'ਚ ਰੱਖ ਦਿੰਦੇ ਤੇ ਮੈਂ ਹਮੇਸ਼ਾ ਵਜਤਾ ਹੈ ਤਾਹਿਆਤ ਉਹੀ ਨਾਂ ਆਪਣੀ ਜ਼ਿੰਦਗੀ ਦੇ ਨਾਲ ਚਲਾਂਦਾ ਲੇਕਿਨ ਤੁਸੀਂ ਕੰਜੂਸੀ ਕੀਤੀ ਬਰ ਅੱਜ ਤੋਂ ਬਾਬਨ ਅਜ਼ਮੀ ਠੀਕ ਹੈ ਲੇਕਿਨ ਬਾਬਨ ਅਜ਼ਮੀਨ ਹ ਜੋ ਮਾਨ ਮਿਲਿਆ ਹਾਂ ਜਵਾਬ ਰੂ ਮਿਲੇ ਇੱਜ਼ਤ ਮਿਲੇ ਮੇਰੇ ਖਿਆਲ ਕੇ ਜੋ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਮੇਰੇ ਖਿਆਲ ਕੇ ਕਿਸੇ ਦੁਨੀਆਂ ਦਾ ਸ਼ਾਇਦ ਨਹੀਂ ਮਿਲਿਆ ਸੀ ਜੀ ਨੇ ਕਿਹਾ ਸੀ ਕਿ ਮੈਨੂੰ ਬਹੁਤ ਪਿਆਰ ਮਿਲੇ ਆਪਣੇ ਦੌਰ ਦੇ ਵਿੱਚ ਜਦੋਂ ਇੱਕ ਇੰਟਰਵਿਊ ਚ ਗੈਨ ਕਿ ਮੈਨੂੰ ਬੇਤਹਾਸ਼ਾ ਪਿਆਰ ਮਿਲੇ ਲੇਕਿਨ ਮੈਂ ਇਮਾਨਦਾਰ ਵਾਲੀ ਗੱਲ ਹੈ ਕਿ ਮੈਂ ਵੀ ਕਹਿ ਸਕਦਾ ਕਿ ਮੈਨੂੰ ਮੇਰੇ ਇਹ ਦੇ ਲੋਕਾਂ ਨੇ ਵੀ ਬਹੁਤ ਪਿਆਰ ਦਿੱਤਾ ਬਹੁਤ ਮਾਨ ਦਿੱਤਾ ਤੇ ਮੈਂ ਉਹਨਾਂ ਦਾ ਮਸ਼ਕੁਰਾ ਮੁਹੱਬਤ ਉਹਨਾਂ ਦਿੱਕੇ ਮੈਨੂੰ ਉਹਨਾਂ ਨੇ ਇਸ ਤਰ੍ਹਾਂ ਅਕੀਦਤ ਨਾਲ ਵੀ ਪਿਆਰ ਨਾਲ ਵੀ ਮੁਹੱਬਤ ਨਾਲ ਵੀ ਨਵਾਜ਼ਿਆ ਬੜੀ ਬੜੀ ਗੱਲ ਹੈ ਮਰੀ ਅੱਛਾ ਤੁਸੀਂ ਬੇਨਜ਼ੀਰ ਦਾ ਜ਼ਿਕਰ ਕੀਤਾ ਤੁਸੀਂ ਪੀਪਲਸ ਪਾਰਟੀ ਦੇ ਕਾਰਕੁਨ ਵੀ ਰਹੇ ਹੋ ਜੀ ਤੇ ਪੀਪਲਸ ਪਾਰਟੀ ਨੂੰ ਤੁਸੀਂ ਕ੍ਰਿਟਿਸਾਈਜ਼ ਵੀ ਕੀਤਾ ਬਿਲਕੁਲ ਕੀਤਾ ਮੈਂ ਕਿਰਿਸ਼ਤ ਸੈਤ ਮੈਂ ਮਸਲਾਜ਼ ਵੀ ਜਿਹੜੀਆਂ ਆਈਆਂ ਨੇ ਉਹਨਾਂ ਨੂੰ ਵੀ ਕੀਤਾ ਉਹ ਚਾਹੇ ਮੁਸ਼ਰਫ ਦਾ ਦੌਰ ਹੋਵੇ ਜਾਂ ਜਰਨਤ ਜ਼ਿਆਦਾ ਦੌਰ ਹੋਵੇ ਜਾਂ ਜਿਆਦਾ ਦੌਰ ਹੋਵੇ या अपना पिछले जेडे मौजूदा लोग ने मैं इन्होंने मार्शल ला तो नहीं लाई पर मार्शल बस तो मार्शल आई ही होंगी कुछ हुकूमत यहोजना ने कि जमहूरीत के नाते मार्शल लगी होंगी जिस तरह अच मैं बेसिकली ना मैं हक च हूं ना मैं किसी किसी बुराई कर अगर कोई बंदा ਅੱਛੀ ਗੱਲ ਕਰਦਾ ਤੇ ਮੈਂ ਉਹਦੀ ਤਾਰੀਫ ਕਰਨਾ ਅਗਰ ਕੋਈ ਵੇਲੇ ਦਾ ਹਾਕਮ ਜਿਹੜਾ ਹੈ ਕੋਈ ਆਵਾਮ ਦੇ ਮੁਖਾਲਿਫ ਗੱਲ ਕਰੇ ਤੇ ਫਿਰ ਮੈਂ ਚੁੱਪ ਨਹੀਂ ਰਹਿ ਸਕਦਾ ਜੋ ਮੇਰੇ ਕੋ ਕਹਿ ਜਾਂਦਾ ਉਹ ਮੈਂ ਕਹਿਣਾ ਵਾਂ ਔਰ ਹਰ ਦੌਰ ਚ ਮੇਰਾ ਖਿਆਲ ਹੈ ਕਿ ਮੈਂ ਕੁਝ ਨਾ ਅੱਜ ਦੀ ਦੌਰ ਇਮਰਾਨ ਖਾਨ ਦਾ ਦੌਰ ਵੀ ਗਿਆ ਇਹਨਾਂ ਦੇ ਬਾਰੇ ਚ ਵੀ ਮੇਰਾ ਮਤਲਬ ਮੈਂ ਚਾਹਨਾ ਕਿ ਜਿਹੜੀ ਆਵਾਮ ਹੈ ਤੁਸੀਂ ਉਹਨਾਂ ਵਾਸਤੇ 5 ਸਾਲ ਵਾਸਤੇ ਆਂਦੇ ਤੇ ਉਹਨਾਂ ਵਾਸਤੇ ਕੁਝ ਰਸਤੇ ਜਿਹੜੇ ਕੰਡੇ ਸੂਲਾ ਤਕਲੀਫਾਂ ਦੁੱਖ ਜਿਹੜੇ ਉਹਨਾਂ ਦੇ ਰਜ ਖਿਲ ਰਹੀਆਂ ਹਨ ਉਹਨਾਂ ਨੂੰ ਸਾਫ ਕਰ ਦਿਓ ਤੇ ਚਲੋ ਟੋਟਲ ਨਹੀਂ ਤੇ ਆਪਣੇ ਇਸ ਜਿਹੇ ਤੇ ਕਮਸ ਕਮ ਕਰ ਦਿਓ ਨਾ ਲੇਕਿਨ ਸਾਡਾ ਮਾਸਾ ਇਹਨਾਂ ਨੂੰ ਆਪਣੀ ਪੇਂਹ ਰੰਦੀ ਏ ਹਮੇਸ਼ਾ ਜਿਹਨੇ ਬਰਸਰ ਇਕਤਦਾਰ ਮਮ ਹਕੂਮਤਾਂ ਪ੍ਰਾਈਮ ਮਨਿਸਟਰ ਪ੍ਰੈਜ਼ੀਡੈਂਟ ਜੋ ਵੀ ਇਹ ਬੰਦੇ ਨੇ ਇਹਨਾਂ ਨੂੰ ਸਿਰਫ ਇਹ ਚੰਦ ਨੇ ਕਿ ਮੈਂ ਨਾਇਦਰ ਤੋਂ 5 ਸਾਲ ਵਾਸਤੇ ਬਲਕਿ ਅਗਲੇ ਤੋਂ ਅਗਲੇ 5 ਸਾਲ ਵੀ ਮੇਰੇ ਹੀ ਹੋਣ ਲੇਕਿਨ ਐਸਾ ਨਹੀਂ ਹੈ ਇਹ ਜਮਹੂਰੀਅਤ ਹੈ ਇਹਦੇ ਚ ਦੋ ਹੀ ਤਰੀਕੇ ਨੇ ਕਿ ਜਿੱਧਰ ਪਲੜਾ ਪahari ਜਿੱਧਰ ਲੋਕ ਜ਼ਿਆਦਾ ਨੇ ਉਹ ਉਹਨੂੰ ਉਹਦੇ ਹਿੱਸੇ ਚ ਚੀਜ਼ ਜਾਂਦੀ ਲੇਕਿਨ ਇਸ ਦੇ ਬਾਵਜੂਦ ਦੂਜੇ ਜਿਹੜੇ ਨੂੰ ਚਾਹਨਾ ਬੰਦੇ ਨੇ ਉਹ ਆ ਬੈਲੈਂਸ ਨਹੀਂ ਹੁੰਦੀ ਅਨਬੈਲੈਂਸ ਹੈ ਮਤਲਬ ਕਿ ਲੋਕਾਂ ਨੂੰ ਮਾਸ਼ ਨੂੰ ਕਰ ਰੱਖ ਤਨ ਜਿੱਦ ਨਾਲ ਮਾਸ਼ ਦੀ ਸਾਡੇ ਜੀ ਦੁੱਖ ਨਹੀਂ ਉਹ ਦੂਰ ਨਹੀਂ ਹੁੰਦੇ ਤੁਸੀਂ ਤਾਂ ਜਿਹੜੀ ਜਮਾਤੀ ਚੇਤਨਾ ਹੈ ਇਹ ਕਾਣੀ ਵੰਡ ਹੈ ਉਹਦੇ ਤੇ ਵੀ ਕਿੰਨੀਆਂ ਖੂਬਸੂਰਤ ਤੁਸੀਂ ਲਾਈਨਾਂ ਆਖੀਆਂ ਹੋਈਆਂ ਨੇ ਬਸ ਹਲੋ ਮੈਂ ਤੇ ਨਾ ਮੈਂ ਦਰਮਾਨੂ ਵੀ ਮੈਂ ਕਹਿਣਾ ਕਿ ਜਰਾ ਹਰ ਜਿਹੜੇ ਧਰਮ ਜਿਹੜੇ ਨੇ ਉਹ ਵੀ ਇਕ ਦੂਜੇ ਦਾ ਇhtਰਾਮ ਕਰੋ ਇਜ਼ਤਨ ਅਗਰ ਜੇ ਧਰਮੀ ਜਿਹੇ ਲੋਗ ਨੇ ਅਗਰ ਉਹ ਆਪਣੇ ਧਾਇਰੇ ਚ ਰਹਿਣ ਆਪਣੇ ਆਪਣੇ ਧਰਮ ਚ ਰਹਿਣ ਤੇ ਮੇਰਾ ਖਿਆਲ ਨਾ ਮੇਰੇ ਕੋਲ ਤੁਹਾਨੂੰ ਤਕਲੀਫ ਹੋ ਸਕਦੀ ਨਾ ਤੁਹਾਡੇ ਕੋਲ ਮੈਨੂੰ ਤਕਲੀਫ ਹੋ ਸਕਦੀ ਮੈਨੂੰ ਮਸਜਿਦ ਵੀ ਚੰਗੀ ਲੱਗਦੀ ਮੈਨੂੰ ਮੰਦਿਰ ਵੀ ਚੰਗਾ ਲੱਗਦਾ ਗੁਰਦੁਆਰਾ ਵੀ ਚੰਗਾ ਲੱਗਦਾ ਤੇ ਗਿਰਜਾ ਵੀ ਚੰਗਾ ਲੱਗਦਾ ਤੁਸੀਂ ਮਸਜਿਦ ਮੰਦਿਰ ਦੀ ਗੱਲ ਕੀਤੀ ਹੈ ਹੁਣ ਉਹ ਤੁਹਾਨੂੰ ਸੁਣਾਉਣੀ ਪੈਣੀ ਆਪਣੀ ਕਵਿਤਾ ਮੈਂ ਇੱਕ ਸੇ ਦੇ ਜਿਹੜਾ ਲੁੱਕ ਆਇਆ ਸੇ ਕਿ ਮੈਨੂੰ ਮੈ ਚਾਹਨਾ ਕਿ ਹਰ ਬੰਦੇ ਦਾ ਘਰ ਹੋਣਾ ਚਾਹੀਦਾ ਤੋ ਰਬੂ ਨਾਲ ਇੱਕ ਛੋਟੀ ਜੀ ਗੱਲ ਇੱਕ ਹੀ ਸ਼ੇਰ ਇਹ ਧਰਤੀ ਜੇ ਰੱਬ ਦੀ ਹੁੰਦੀ ਇਹ ਧਰਤੀ ਜੇ ਰੱਬ ਦੀ ਹੁੰਦੀ ਕਸਮੇ ਰੱਬ ਦੀ ਸਭ ਦੀ ਹੁੰਦੀ ਤੇ ਸਾਡਾ حق ਨਹੀਂ ਦਿੰਦੇ ਜਿਹੜੇ ਐਸੀ ਤੈਸੀ ਉਹਨਾਂ ਦੀ ਸਾਡਾ ਹੱਕ ਨਹੀਂ ਦਿੰਦੇ ਜਿਹੜੇ ਐਸੀ ਤੈਸੀ ਉਹਨਾਂ ਦੀ ਹੁਣ ਨਹੀਂ ਦਿੰਦੇ ਖੁੱਲੇ ਵਿੜੇ ਐਸੀ ਤੈਸੀ ਉਹਨਾਂ ਦੀ ਨਾ ਤੇ ਮੇਰਾ ਵੀ ਇਹ ਰਾਂਝਾ ਪਰ ਮੈਂ ਵੰਝਲੀ ਵਾਲਾ ਨਹੀਂ ਅੱਛਾ ਨਾ ਤੇ ਮੇਰਾ ਵੀ ਇਹ ਰਾਂਝਾ ਪਰ ਮੈਂ ਵੰਝਲੀ ਵਾਲਾ ਨਹੀਂ ਔਰ ਟੁੱਕਨ ਤੇਸੀ ਬਾਬਾ ਖੇੜੇ ਐਸੀ ਦੈਸੀ ਉਹਨਾਂ ਦੀ ਕੀ ਬਾਤ ਹੈ ਤੇ ਬਹਾਲ ਇਹ ਗੱਲਾਂ ਨੇ ਕਿ ਦੁੱਖ ਦਰਦ ਦੀਆਂ ਤਕਲੀਫ ਦੀਆਂ ਮਾਸ਼ੇ ਦੀਆਂ ਇਹ ਪਤਾ ਨਹੀਂ ਕਿ ਚੈਨ ਨਹੀਂ ਲੈਂਦੀਆਂ ਇਹਦੇ ਵਾਸਤੇ ਪੋਡਕਾਸਟ ਜੂਮ ਗੋਮ ਇੱਕ ਛੋਟਾ ਤਾਂ ਮਿਲ ਲੇਕਿਨ ਆਪਣੇ ਮਹਿਮਨ ਦੀ ਗੱਲ ਦੱਸਿਆ ਤਾਂ ਉਸਨੇ ਕਿ ਮੈਨੂੰ ਅਗਰ ਸੜਕ ਤੇ ਬੰਦਾ ਉਹ ਖਲੋਤਾ ਹੋਵੇ ਤਾਂ ਮੈਨੂੰ ਬੜੀ ਤਕਲੀਫ ਹੁੰਦੀ ਹ ਹਉਦੇ ਅਹਿਸਾਸ ਮੈਂ ਫੀਲ ਕਰਨਾ ਕਿ ਨਹੀਂ ਯਾਰ ਇਹਦੇ ਵਕਤ ਇਦਾਂ ਤਾਂ ਨਹੀਂ ਚਾਹੀਦੇ ਹੂੰ ਇਹ ਰੱਬ ਦਾ ਬੰਦਾ ਹੈ ਇਹਦੇ ਵੀ ਅੱਛੇ ਵਕਤ ਹੋਣੇ ਚਾਹੀਦੇ ਬਰ ਉਹ ਤੁਸਾਂ ਉਹ ਜ਼ਿਕਰ ਕੀਤਾ ਉਸ ਗਜ਼ਲ ਦਾ ਹੂੰ ਤਾਂ ਮੈਂ ਸੁਣਾ ਦਿਆਂ ਕਿ ਮਸਜਿਦ ਮੇਰੀ ਤੂੰ ਕਿਉਂ ਟਾਵੇਂ ਮੈਂ ਕਿਉਂ ਤੋੜਾਂ ਮੰਦਰ ਨੂੰ ਮਸਜਿਦ ਮੇਰੀ ਤੂੰ ਕਿਉਂ ਟਾਵੇਂ ਮੈ ਕਉ ਤੋੜਾ ਮੰਦਰ ਨੂੰ ਆ ਜਾ ਦੋਵੇਂ ਬਹਿ ਕੇ ਫੜੀਏ ਇੱਕ ਦੂਜੇ ਦੇ ਅੰਦਰ ਰੋ ਤੇ ਸਦੀਆਂ ਮੰਗੂ ਅਜ ਵੀ ਕੁਝ ਨਹੀਂ ਜਾਣਾਂ ਮਸਜਿਦ ਮੰਦਰ ਦਾ ਲਉ ਤੇ ਤੇਰਾ ਮੇਰਾ ਲਗਣਾ ਤੇਰੇ ਮੇਰੇ ਖੰਜਰ ਨੂੰ ਬਿਲਕੁਲ ਲਉ ਤੇ ਤੇਰਾ ਮੇਰਾ ਲਗਣਾ ਤੇਰੇ ਮੇਰੇ ਖੰਜਰ ਨੂੰ ਤਾਂ ਰੱਬ ਕਰੇ ਤੂੰ ਮੰਦਰ ਵਾਂਗੂ

तेरे एक बारे? इंडिया के एक राम सिंह सन बहुत बड़ी उन्होंने लाइब्रेरी उन्हें दस पंद्रह मिनट का इधे तबसरा किया मैं हैरान हो गया उन्होंने क्लिप भेजा फेसबुक तो मेरे को मैं मैं कि ये बंदा ना और उन्होंने जो मेरे बारे क्या एक तो बात ही गए लेकिन उन्हें कमाल गुफ्तोगू की पंद्रह मिनट की गुफ्तू रब करे तू मंदिर वागू ਵੇਖੇ ਮੇਰੀ ਮਸਜਦ ਨੂੰ ਰਾਮ ਕਰੇ ਮੈਂ ਮਸਜਦ ਵਾਂਗੂ ਵਿਖਾ ਤੇਰੇ ਮੰਦਰ ਨੂੰ ਤੇ ਤੂੰ ਬismillah ਪੜ ਕੇ ਮੈਨੂੰ ਨਾਨਕ ਦਾ ਪ੍ਰਸ਼ਾਦ ਫੜਾ ਤੂੰ ਬismillah ਪੜ ਕੇ ਮੈਨੂੰ ਨਾਨਕ ਦਾ ਪ੍ਰਸ਼ਾਦ ਫੜਾ ਮੈਂ ਨਾਨਕ ਦੀ ਬਾਣੀ ਪੜ ਕੇ ਦਿਆਂ ਹੁਸੈਨੀ ਲੰਗਰ ਵਾਹ ਵਾਹ ਮੈਂ ਨਾਨਕ ਦੀ ਬਾਣੀ ਪੜ ਕੇ ਦੇ ਹੁਸੈਨੀ ਲੰਗਰ ਨੂੰ ਤੇ ਸਾਡੇ ਸਿੰਘਾਂ ਫਸਦੇ ਆ ਰਹਿਣਾ ਖੁਰਲੀ ਟੰਦੀ ਰਹਿਣੀ ਸਾਡੇ ਸਿੰਘਾਂ ਫਸਦੇ ਰਹਿਣਾ ਖੁਰਲੀ ਟੰਦੀ ਰਹਿਣੀ ਜਿੰਨਾ ਤਿੱਕਰ ਨਥ ਨਾ ਪਾਈ ਨਫ਼ਰਤ ਵਾਲੇ ਡੰਗਰ ਨੂੰ ਤੇ ਅਸਾਂ ਨਹੀਂ ਆਉਣਾ ਬਾਬਾ ਤੇਰਾ ਮੁੜ ਕੇ ਮੇਲਾ ਵੇਖਣ ਲਈ ਸ਼ਕਲਾਂ ਵੇਖ ਕੇ ਦਿੰਦੇ ਨੇ ਵਰਤਾਵੇ ਤੇਰੇ ਲੰਗਰ ਨੂੰ ਸ਼ਕਲਾਂ ਵੇਖ ਕੇ ਦਿੰਦੇ ਨੇ ਵਰਤਾਵੇ ਤੇਰੇ ਲੰਗਰ ਕਿਆ ਬਾਤ ਹੈ ਕਿਆ ਬਾਤ ਹੈ ਇਹੋ ਜਿਹੇ ਇਹੋ ਜਿਹੇ ਲਫ਼ਜ਼ ਇਨੇ ਤਗੜੇ ਲਫ਼ਜ਼ ਇਨੇ ਗੜਕੇ ਵਾਲੇ ਲਫ਼ਜ਼ ਅੱਜ ਸਾਨੂੰ ਜ਼ਿਆਦਾ ਜ਼ਰੂਰਤ ਹੈ ਇਹਨਾਂ ਦੀ ਕੌਣ ਜਾਣਦਾ ਸੀ 2022 ਵਿੱਚ ਵੀ ਇਹਨਾਂ ਲਫ਼ਜ਼ਾਂ ਦੀ ਸਾਨੂੰ ਜ਼ਰੂਰਤ ਪੈਣੀ ਹੈ ਜਿਨ੍ਹਾਂ ਦੇ ਵਿੱਚ ਅਸੀਂ ਇਸ ਮذਬੀ ਨਫ਼ਰਤ ਨੂੰ ਵਧਿਆ ਵੇਖ ਰਹੇ ਹਾਂ ਔਰ ਇਹਦੇ ਇਹਨੂੰ ਢੱਕਾ ਕੌਣ ਲਾ ਸਕਦਾ ਹੈ ਇਹਨੂੰ ਢੱਕਾ ਮਾਸ਼ਾਅੱਲਾ ਬਿਕਾ ਅਸੀਂ ਜਿੰਨਾ ਤੇ ਮਾਨ ਕਰ ਰਹੇ ਉਹਨਾਂ ਨੇ ਨਹੀਂ ਰਹਿਣਾ ਉੱਤੇ ਜਿਹੜੇ ਬੈਠੇ ਨੇ ਉਹਨਾਂ ਨੂੰ ਤੇ ਇਸ ਨਫਰਤ ਫੈਲਾਉਣ ਦੇ ਵਿੱਚ ਫਾਇਦਾ ਹੁੰਦਾ ਹੈ ਜੀ ਲੇਕਿਨ ਉਹਦੇ ਚ ਲੁਕਾਈ ਦਾ ਨੁਕਸਾਨ ਹੁੰਦਾ ਹੈ ਤੇ ਜਿਹੜੇ ਉੱਤਲੇ ਬੈਠੇ ਨੇ ਇਹ ਉਹਨਾਂ ਨੇ ਨਹੀਂ ਕੁਝ ਕਰਨਾ ਇਹ ਸਾਨੂੰ ਕਰਨਾ ਪਏਗਾ ਲਖਾਰੀਆਂ ਨੂੰ ਕਰਨਾ ਪਏਗਾ ਔਰ ਅੱਜ ਲਖਾਰੀ ਪੰਜਾਬ ਦਾ ਚੜ ਦੇ ਲੰਦੇ ਪੰਜਾਬ ਦਾ ਜ ਲਿਖਣ ਵਾਲਾ ਕਲਮ ਵਾਲੀ ਜਿਹੜਾ ਕਲਮ ਉਹ ਇਹ ਆਪਣਾ ਫਰਜ਼ ਨਿਭਾ ਰਿਹਾ ਹੈ ਉਹ ਸਾਨੂੰ ਨੇੜੇ ਕਰ ਰਿਹਾ ਹੈ ਸਾਡੇ ਦੂਜੇ ਨਾ ਮਾਪਤਾ ਵੱਧੀਆਂ ਪਿਆਨ ਅਸੀਂ ਸਾਡੇ ਲਖਾਰੀ ਜਾਂ ਅੱਜਕੱਲ ਜਿਹੜੇ ਸਾਡੇ ਮਤਕੇ ਪਬਲਿਸ਼ਰ ਨੇ ਜਨਦ ਵਿੱਚ ਬੇਸ਼ਮਾਰ ਮੈਂ ਗੁਲਾਟੀ ਸਾਹਿਬ ਦਾ ਨਾਮ ਵੀ ਲੈ ਲਾਂਗਾ ਤੇ ਜਨਾਂ ਦੇ ਕੋਲ ਮੈਂ ਠਹਿਰੇ ਅਗਰੇ ਹੱਸੇ ਲੋਕ ਹੋਣ ਇੱਕ ਵਾਰ ਮਾਲ ਜੀ ਤੇ ਮੇਰੇ ਖਿਆਲੋਂ ਬਹੁਤ سارے ਕੰਮ ਜਿਹੜੇ ਨੂੰ ਸਿੱਧੇ ਰਸਤੇ ਹੋ ਸਕਦੇ ਨੇ ਅਜਿਹੀ ਸਾਡੇ ਜਿਹੜੇ ਪੰਜਾਬੀ ਲਿਖਾਰੀ ਨੇ ਬਹਰਾਲੂ ਚਾਹਰੇ ਨੇ ਕਿ ਅਸੀਂ ਇੱਕ ਮੁੱਠੋ ਜੀਏ ਔਰ ਸਾਡੀ ਸੋਚ ਕੋ ਜਾਏ ਔਰ ਇਹ ਜੜੀਆਂ ਨਫਰਤ ਦੀਆਂ ਕੰਧਾਂ ਨੇ ਇਹ ਮੁਖ ਜਾਣ ਔਰ ਉਹ ਮੇਰਾ ਖਿਆਲ ਹੈ ਕਿ ਅਸੀਂ ਉਹਦੇ ਤੇ ਮਨਕਮਲ ਤੋਂ ਤੇ ਕੰਮ ਕਰ ਰਹੇ ਹਾਂ ਤੁਸੀਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਲਿਖਾਰੀ ਇਹ ਸਾਰੇ ਕੁਝ ਨੂੰ ਬਦਲ ਸਕਦੇ ਨੇ ਜੋ ਮਾਸਰੇ ਦਾ ਚਿਹਰਾ ਮੋਹਰਾ ਸਾਡੇ ਸਾਹਮਣੇ ਉੱਪਰ ਕੇ ਆਉਂਦਾ ਹੈ ਲਿਖਾਰੀ ਦੇ ਹੱਥ ਬੜਾ ਕੁਝ ਹੁੰਦਾ ਕਿ ਉਹ ਉਹਨੂੰ ਇਹਨ ਬਿਨ ਵੀ ਪੇਂਟ ਕਰ ਸਕਦਾ ਹੈ ਤੇ ਲੋਕਾਂ ਨੂੰ ਨਵਾਂ ਸੁਪਨਾ ਵੀ ਵਿਖਾ ਸਕਦਾ ਹੈ ਲਿਖਾਰੀ ਦੀ ਕੋਲੀ ਤਾਕਤ ਹੈ ਇੱਕ ਕੁਦਰਤੀ ਤਾਕਤ ਹੈ ਉਹਦੇ ਵਿੱਚ ਅੰਦਰ ਰੱਬ ਨੇ ਦਿੱਤੀ ਹੋਈ ਹੈ ਕਿਉਂ ਅਗਰ ਨਾਵਲ ਲਿਖ ਸਕਦਾ रलामत भी तब्दीली आ स कहानी में भी तब्दीली आ सकती लेकिन ये कविता जरा कुछ ज्यादा कवि की आवाज़ छेती पहुँच जाती लोगों तरह और समझ भी छेती आ जाती इसे कवि का जो रोल है न, ना उन्होंने मैंने उन्होंने घटे लेकिन कविता रोल जो ज्यादा इनकलाब कविया नहीं आते हैं ਮੈਂ ਖੈਲੇ ਕਿ ਅਸੀਂ ਸਾਰੇ ਰਲ ਕੇ ਚੜ ਦੇ ਲੰਦੇ ਦੇ ਇਸ ਕੰਨ ਨੂੰ ਖਤਮ ਕਰੀਏ ਕਿ ਅਸੀਂ ਇੱਕਾ ਸਾਡੀ ਜ਼ਬਾਨ ਇੱਕ ਹੈ ਔਰ ਮੈਂ ਅੱਜ ਕੋਰਗਲ ਕਰਾਂ ਕਿ ਮੈਂ ਜਿਹੜਾ ਜਟੁਰਿਆ ਫਿਰਨਾ ਇਥੇ ਤੁਹਾਡੇ ਅਦਾਰੇ ਚ ਰੋਸ਼ਨੀ ਦੇ ਵਿਚ ਆ ਕੇ ਬੈਠਾ ਹਾਂ ਤੇ ਇਹ ਮੈਨੂੰ ਮਾਂ ਬੋਲੀ ਲੈ ਕੇ ਆਈ ਹੈ ਜੀ ਤੁਸੀਂ ਨਹੀਂ ਮੈਂ ਮਾਂ ਬੋਲੀ ਦੀ ਵਜਨ ਆਇਆ ਮੈਂ 15 20 24 ਘੰਟੇ ਦਾ ਸਫਰ ਕਰਕੇ ਤੇ ਮੈਂ ਕੈਨੇਡਾ ਚਾਪੜੇ ਤੇ ਮੈਨੂੰ ਮਾਂ ਬੋਲੀ ਲੈ ਕੇ ਆਈ ਬਿਲਕੁਲ ਮਾਂ ਬੋਲੀ ਬਹੁਤ ਵੱਡੀ ਤਾਕਤ ਹੈ ਵਰਨਾ ਮੈਂ ਪਾਕਿਸਤਾਨ ਚੋਰ ਲੋਕ ਵੀ ਹੈਗੇ ਇਹ ਬੋਲੀ ਲੈ ਕੇ ਆਈ ਨਾ ਸਾਡੀ ਜਿਹੜੀ ਅਗਲੀ ਪੀੜ੍ਹੀ ਆ ਗਈ ਹੈ ਜਾਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਇਹਦੇ ਬਲੇ ਧਿਆਨ ਦੇਣਾ ਪਏਗਾ ਕਿ ਬੋਲੀ ਜਿਹੜੀ ਉਹ ਬਹੁਤ ਵੱਡੀ ਸੰਜ ਹੈ ਬਿਲਕੁਲ ਔਰ ਮੇਰਾ ਖਿਆਲ ਹੈ ਕਿ ਇਸ ਤੋਂ ਵੱਡੀ ਸੰਜ ਕੋਈ ਨਹੀਂ ਬਿਲਕੁਲ ਔਰ ਬੋਲੀ ਦੀ ਆਪਾਂ ਗੱਲ ਕਰਦੇ ਆ ਅੱਗੇ ਚੱਲ ਕੇ ਕੁਝ ਕੋ ਤੁਹਾਡੇ ਕੋਲੋਂ ਤੁਹਾਡੀਆਂ ਨਜ਼ਮਾਂ ਖਾਸ ਤੌਰ ਤੇ ਪੰਜਾਬੀ ਦੇ ਬਾਰੇ ਜਿਹੜੀਆਂ ਤੁਸੀਂ ਲਿਖੀਆਂ ਨੇ ਕੁਝ ਗੁੱਸੇ ਵਾਲੀਆਂ ਵੀ ਹਾਂ ਮੈਂ ਮੇਰੇ ਸਿਰਸ਼ੇ ਸ਼ਾ ਯਾਦ ਆ ਰਹੀ ਹੈ ਹਾਂ ਮੈਂ ਸਿਰਸ਼ੇ ਸ਼ਾ ਅੱਛਾ ਇਹ ਸਿਰਸ਼ੇ ਸ਼ਾ ਬਹੁਤ ਪੁਰਾਣੀ ਨਜ਼ਮ ਹੈ ਅੱਛਾ ਲੇਕਿਨ ਜਦੋਂ ਪਹਿਲੀ ਦਫਾ ਮੈਂ ਲੰਡਨ ਗਿਆ ਸੀ ਹਾਂ ਤੇ ਮੇਰੇ ਕੋਲ ਉੱਥੇ ਫਰਮਾਇਸ਼ ਕਰ ਦਿੱਤੀ ਸੀ ਲੋਕਾਂ ਨੂੰ ਉਹਦਾ ਕੀ ਭਲਾ ਉਹਦੀ ਕਹਾਣੀ ਕੀ ਹੈ फटाफट ਜੇ ਤੁਸੀਂ ਦੱਸ ਦਿੱਤ ਤਾਂ ਸੁਣਾ ਦਿੰਦੇ ਹਾਂ ਮਦਰਸੋ ਨੇ ਹਾਲਾਂਕਿ ਮੇਰੀ ਪਾਰਟੀ ਦਾ ਬੰਦਾ ਸੀ ਉਹਦਾ ਨਾਂ ਖੁਰਸ਼ੀ ਸ਼ਾਹ ਅੱਛਾ ਖੁਰਸ਼ੀ ਦਾ ਮੁਸ਼ਾ ਨਾਂ ਉਹਦਾ ਲੇਕਿਨ ਉਹਨਾਂ ਨੇ ਸਾਡੇ ਲੈਲਪੁਰ ਤੋਂ ਵਿੱਚ ਕਿ ਕਿਸੇ ਫੈਕਟਰੀ ਦਾ ਸੰਗੇ ਬੁਨਿਆਦ ਰੱਖਿਆ ਤੂੰ ਮਤਲਬ ਨਹੀਂ ਰੱਖੀ ਇਟ ਰੱਖੀ ਉਹਨੇ ਪਹਿਲੀ ਉਸ ਤੇ ਉੱਥੇ ਸਵਾਲ ਕੀਤਾ ਕਿਸੇ ਨੇ ਕਿ ਜੀ ਤੁਹਾਡਾ ਤੁਸੀਂ ਵਜ਼ੀਰ ਤਾਲੀਮ ਹੋ ਤਾਂ ਐਜੂਕੇਸ਼ਨ ਦੇ ਮਨਿਸਟਰ ਤੋਂ ਤੁਹਾਡਾ ਕੀ ਜ਼ਬਾਨਾਂ ਦੇ ਉਹਨੇ ਕਿਹਾ ਸਾਈਂ ਸਿੰਧੀ ਜ਼ਬਾਨ ਹੈ ਇਹ ਬੁਲਾਣਾ ਹੈ ਔਰ ਕੁਝ ਨਹੀਂ ਹੈ ਬਾਕੀ ਤੋਂ ਪੰਜਾਬੀ ਉਹਨੇ ਕਿਹਾ ਪੰਜਾਬੀ ਜ਼ਬਾਨ ਨਹੀਂ ਹੈ ਇਹ ਬੋਲੀ ਹੈ ਉਹ ਮੈਂ ਕਰਾਚੀ ਚ ਸਾਂ ਉਹ ਮੈਂ ਉਹਦਾ ਜਿਹੜਾ ਇਹ ਬਿਆਨ ਸੀ ਉਹ ਮੈਂ ਕਰਾਚੀ ਦੇ ਅਖਬਾਰ ਚ ਪੜਿਆ ਮੈਨੂੰ ਬੜਾ ਗੁੱਸਾ ਆਇਆ ਉਹ ਮੈਂ ਘਰ ਗਿਆ ਤੇ ਫਿਰ ਮੈਂ ਉਹ ਰਾਤ ਉਸ ਕੇ ਉਹਨੂੰ ਮਦਕ ਨਜ਼ਮ ਲਿਖਿਆ ਕਿ ਹੋ ਗਈ ਤੇ ਉਹਦੇ ਚ ਉਹਦਾ ਸਲੰਸੀ ਖੁਰਸ਼ੀ ਦਾ ਮੱਛਾ ਲੇਕਿਨ ਮੈਂ ਉਹਨੂੰ ਸਿੱਦੇ ਸ਼ਾ ਕਿ ਉਹਦਾ ਕਾਰਨ ਨਹੀਂ ਬਜਾ ਸੀ ਕਿ ਆਪਣੇ ਮੂੰਹ ਨੂੰ ਢੱਕਾ ਲਾਓ ਸਿੱਦੇ ਸ਼ਾ ਹਾਂ ਇੰਜ ਨਾ ਆਪਣਾ ਕੱਦ ਵਧਾਓ ਸਿੱਦੇ ਸ਼ਾ ਤੇ ਮੇਰਾ ਵਿਰਸਾ ਚਲੇ ਵਾਂਂ ਸਮੁੰਦਰ ਦੇ ਆਪਣੇ ਵੇੜੇ ਚਾਤੀ ਪਾਓ ਸਿੱਦੇ ਸਾ ਤੇ ਹੇਟ ਸਦਾ ਨਹੀਂ ਰਹਿਣਾ ਮੰਜਾ ਚੌਧਰ ਦਾ ਰਜਵੀ ਲੱਭੀ ਜੜ ਕੇ ਖਾਓ ਸਿੱਦੇ ਸਾ ਵਾ 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 ਕੀ ਬਾਤ ਹੈ ਜੈਨ ਨੂੰ ਮੰਤਰੀ ਮਿਲੀ ਗਈ ਹੈ ਕਿ ਹੌਸਲਾ ਕਰ ਸਾਡੀ ਜਮਾਨ ਨੂੰ ਤੂੰ ਬਰ ਮਾੜਾ ਕਿਹਾ ਉਹ ਇਹ ਛਪੀ ਵੀ ਇੱਕ ਅਖਬਾਰ ਦੇ ਵਿੱਚ ਤੋ ਉਹਦੇ ਚ ਟੋਲੀ ਪੇਜ ਤੇ ਤੂੰ ਫਿਰ ਪੁੱਛਿਆ ਤੋ ਕਿਸ ਨੇ ਕਿਹਾ ਉਹ ਉਹਨਾਂ ਕਹਿੰਦੀ ਉਹ ਕਿਸ ਨੇ ਭੇਜੀ ਸੀ ਮੈਂ ਲਿਖ ਦਿੱਤੀ ਸੀ ਕਿਉਂਕਿ ਅਮ ਹਮੈਂ ਜ਼ਵੰਦ ਬਰਚ ਤੇ ਲਿਟਰੇਚਰ ਅਮਰਜ ਕਰਸਿਰ ਕਾਫੀ ਦੋ ਪਬਲੋਨ ਪੂਰੀ ਮਨਜ਼ਮ ਕਹੀ ਲੇਕਿਨ ਉਹ ਦੋ ਸ਼ੇਰ ਮੈਂ ਚਾਹਨੀਆ ਕਿ ਬ੍ਰੇਕ ਤੋਂ ਬਾਅਦ ਉਹਨਾਂ ਨੂੰ ਆਰਾਮ ਨਾਲ ਤੁਹਾਡੇ ਕੋਲ ਸੁਣੀ ਹੈ ਅਸੀਂ ਮੈਂ ਕਾਲੀ ਬਿਲਕੁਲ ਨਹੀਂ ਪਾਉਣਾ ਚਾਹਦੀ ਤੁਹਾਡੀ ਇਹ ਇੱਕ ਬੜੀ ਪਿਆਰੀ ਕਵਿਤਾ ਹੈ ਸ਼ੀਸ਼ੇ ਉੱਤੇ ਧੂੜਾਂ ਜੰਮਿਆ ਕੰਦਾ ਝਾੜੀ ਜਾਂਦੇ ਨੇ ਜਿਲਦਾਂ ਸਾਂਭ ਰਹੇ ਨੇ ਛੱਲੇ ਵਰਕੇ ਪਾੜੀ ਜਾਂਦੇ ਨੇ ਜੀ ਜੀ ਇਹ ਗ਼ਜ਼ਲ ਹੈ ਬਹੁਤ ਪੁਰਾਣੀ ਹਾਂ ਬਹਰਲੇ ਵਿੱਚ ਕਾਫੀ ਆ ਲੋਕਾਂ ਨੇ ਪਸੰਦ ਆ ਪਿੱਛੇ ਜੇ ਜਸਬੀਰ ਜਸ ਸਿੰਘ ਯੂ ਦੋ ਗੀਤ ਗੁੰਗੁਨਾਇ ਸੀ ਹਾਂ ਜੋ ਫਿਰ ਪਿੱਛੇ ਜੋ ਜਿਹੜਾ ਆ ਗਿਆ ਕਿ ਮਸਜਿਦ ਮੇਰੀ ਤੂ ਕੋ ਟਾਲ ਉਹ ਵੀ ਬੜਾ ਉਹਨੇ ਲਾਈਕ ਕੀਤਾ ਹਾਂਜੀ ਤੋਂ ਬੰਨ ਲੋਕ ਪਿਆਰ ਕਰਦੇ ਨੇ ਗਰੇਵਾਲ ਜੀ ਕਮਨ ਗਰੇਵਾਲ ਜੀ ਨੇ ਇੱਕ ਨਜ਼ਮ ਮੇਰੀ ਕਿ ਮੇਰੇ ਅਤੀਛਾਲੇ ਪੇ ਮਜ਼ਦੂਰੀ ਨਰ ਫਿਰ ਵੀ ਨੀ ਉਪਰ ਐਚਨਾ ਚੋਰੀ ਨਾ ਉਹ ਗਾਈ ਲੱਖਾਂ ਲੋਕਾਂ ਦੀ ਗੱਲ ਪੜੀ ਪਰ ਇਸੇ ਹੁੰਦਾ ਰਹਿੰਦਾ ਹੈ ਲੇਕਿਨ ਅਸੀਂ ਜ਼ਾਤੀ ਤੌਰ ਤੇ ਮੈਂ ਕਦੀ ਕਿਸੇ ਨੂੰ ਮੈਂ ਅੱਜ ਤੱਕ ਲਾਹੌਰ ਦੇ ਵਿੱਚ ਬੜੇ ਬੜੇ ਦੋਸ ਬੇਸ਼ਮਾਰ ਜਿਹੜੇ ਐਂਕਰ ਕਦੀ ਆਪਣੀ ਜ਼ਾਤ ਦੇ ਬਾਰੇ ਨਹੀਂ ਕਹੇ ਕਿ ਮੈਨੂੰ ਕਿਤੇ ਲਿਆ ਬਿਲਕੁਲ ਇਹ ਸੂਰਤ ਚਮਕ ਰਿਹਾ ਹੈ ਨਾ ਜਿਹਨਾਂ ਨੂੰ ਨਜ਼ਰ ਆ ਰਿਹਾ ਉਹ ਗੱਲ ਹੀ ਗੱਲ ਕਰੀ ਜਾਂਦੇ ਨੇ ਅੱਛਾ ਜ਼ੁਬਾਨ ਦੀ ਆਪਾਂ ਗੱਲ ਕਰ ਰਹੇ ਸੀ ਤੁਸੀਂ ਜਿਸ ਵੀ ਫੋਰਮ ਤੇ ਤੁਹਾਨੂੰ ਅਸੀਂ ਸੁਣਿਆ ਹੈ ਪੜ੍ਹਿਆ ਹੈ ਤੁਹਾਡਾ ਜੇ ਇਹ ਕਿਤਾਬ ਵੀ ਹੈ ਕੋਈ ਕਿਤਾਬ ਵੀ ਤੁਹਾਡੀ ਉਹਨੂੰ ਖੋਲ ਕੇ ਵੇਖ ਲਓ ਤੇ ਹਰ ਚੌਥਾ ਪੰਜਵਾਂ ਸਫਾ ਪੰਜਾਬੀ ਜ਼ੁਬਾਨ ਦੇ ਬਾਰੇ ਲਿਖਿਆ ਹੋਇਆ ਤੁਹਾਡਾ ਕੋਈ ਨਾ ਕੋਈ ਖਿਆਲ ਹੈ ਬਲਕਿ ਇੱਕ ਦਿਨ ਮੈਂ ਕੁਝ ਸ਼ੇਅਰ ਕੀਤਾ ਨਾ ਜਿਸਨ ਕਿ ਅੰਬਰ ਦਾ ਮੈਂ ਬੂਆ ਖੋਲ ਕੇ ਵੇਖਾਂਗਾ ਵਾ ਵ ਅੰਬਰ ਦਾ ਮੈਂ ਬੁਵਾ ਕੋਲ ਕੇ ਵੇਖਾਂਗਾ ਰੱਬ ਦੇ ਨਾਲ ਪੰਜਾਬੀ ਬੋਲ ਕੇ ਕੋਲ ਕੇ ਵੇਖਾਂ ਕੀ ਬਾਤ ਤੇ ਕਿੰਨੀ ਕਿਹੜੀ ਬੋਲੀ ਭਾਰੀ ਮੇਰੀ ਬੋਲੀ ਤੋਂ ਉਹਦੇ ਤੱਕੜ ਉੱਤੇ ਤੋਲ ਕੇ ਵੇਖਾਂਗਾ ਤੂੰ ਮੈਨੂੰ ਇੱਕ ਦੋਸਤ ਸੇ ਸਾਡੇ ਬੜੇ ਬਜ਼ੁਰਗ ਉਹਨਾਂ ਦਾ ਫੋਨ ਆਇਆ ਮੈਨੂੰ ਕਹਿੰਨਗੇ ਬਾਬਾ ਜੀ ਕੁਝ ਪੰਜਾਬੀ ਬਾਰੇ ਕੁਝ ਜ਼ਿਆਦਾ ਨਹੀਂ ਹੋ ਗਿਆ ਕੁਝ ਹੋਰ ਸੋਚੋ ਮੈਂ ਕਹਾਂ ਜੇ ਮੈਨੂੰ ਇਹਦੀ ਲੋੜ ਹੈ ਹਾਂ ਪੰਜਾਬੀ ਜ਼ੁਬਾਨ ਦੇ ਬਾਰੇ ਗੱਲਬਾਤ ਕਰਨ ਦੀ ਔਰ ਇਹਦੇ ਵਿੱਚ ਸ਼ੇਰ ਕਹਿੰਦੀ ਲੋਕਾਂ ਤੀਕਰ ਪਰਾਂਦੀ ਬੜੀ ਲੋੜ ਹੈ ਉਹ ਜਿਹੜੇ ਸਾਡੇ ਬਾਬਿਆਂ ਨੇ ਪੰਜਾਬੀ ਲਿਖ ਕੇ ਲੋਕਾਂ ਤੀਕਰ ਪੜਾ ਦਿੱਤੀ ਹੈ ਨਾ ਉਹਦਾ ਹੋਰ ਮਕਸਦ ਹੈ ਐਸ ਵੇਲੇ ਅਸੀਂ ਉਹਨਾਂ ਦੀ ਪੰਜਾਬੀ ਨੂੰ ਉਜਾਗਰ ਕਰਨਾ ਹੈ ਤੇ ਜੇਸੀ ਉਹਨਾਂ ਦੀ ਪੰਜਾਬੀ ਨੂੰ ਉਜਾਗਰ ਕਰਾਂਗੇ ਪੰਜਾਬੀ ਦੀ ਗੱਲ ਕਰਾਂਗੇ ਤੇ ਸਾਡਾ ਵਾਰਿਸ ਸ਼ਾਹ ਬੁੱਲੇ ਸ਼ਾਹ ਨਾਨਕ ਬਾਬਾ ਫਰੀਦ ਸਾਹਿਬ ਜਿਹੜੇ ਨੇ ਇਹ ਪੜ੍ਹੇ ਜਾਣਗੇ ਪਹਿਲੇ ਤੇ ਸਲੂਟ ਦੀ ਇਸ ਚੀਜ਼ ਦੀ ਲੋੜ ਹੈ ਕਿ ਕਿਆ ਅਸੀਂ ਆਪਣਾ ਸਾਹਤ ਜਿਹੜਾ ਅਦਬ ਹੈ ਆਪਣੇ ਬਾਲਕੀ ਕਰਾ ਪੜਾ ਦੇ ਹਸੀਂ ਤੇ ਹਟਾ ਰਹੇ ਲੋਕ ਤੇ ਹਿੰਦੀ ਔਰ ਉਰਦੂ ਬੋਲੇ ਜਾ ਰਹੇ ਪੰਜਾਬੀ ਤੋਂ ਕੋ ਪੜਨੀ ਤੇ ਸਾਨੂੰ ਤੇ ਪਹਿਲੇ ਪੰਜਾਬੀ ਬੋਲੇ ਟੋਰਨਾ ਪਏਗਾ ਨਨ ਕਾਇਦਾ ਫੜਾ ਕੇ ਜ਼ਬਰਨ ਜਾਂ ਮੁਹੱਬਤ ਨਾਲ ਉਹਨਾਂ ਨੂੰ ਕਾਇਦਾ ਫੜਾ ਕੇ ਬਸਤਾ ਪਾ ਕੇ ਜਿਸ ਤਰ੍ਹਾਂ ਮੈਂ ਕਿ ਕਿਸ਼ੇ ਰਹਿ ਕੇ ਕਿ ਤੇਰੇ ਪੁੱਤਰ ਵਾਂਗੂ ਪੁੱਤਰ ਮੇਰਾ ਵੀ ਲੰਬੜਦਾਰਾ ਬਸਤਾ ਪਾ ਕੇ ਵੇਖ ਰਹੀ ਅਸੀਂ ਤੇ ਅਜੇ ਬਸਤਾ ਪਾਣਾ ਆਪਣੀ ਬਾਰਾਂ ਦੀ ਗਲਤ ਦੇ ਵਿੱਚ ਤੇ ਜਿਸ ਤੇ ਉਹ ਬਸਤਾ ਪਹਜੇਗਾ ਉਹਦੇ ਵਿੱਚ ਠੀਕ ਹੋ ਜਾਏਗਾ ਕਿੰਨੀ ਗੱਲਾਂ ਨੇ ਇਹਦੇ ਵਿੱਚ ਤੁਸੀਂ ਇੱਕ ਪਾਸੇ ਜ਼ੁਬਾਨ ਦੀ ਗੱਲ ਕਰ ਰਹੇ ਹੋ ਦੂਜੇ ਪਾਸੇ ਤੁਸੀਂ ਬਰਾਬਰੀ ਦੀ ਗੱਲ ਕਰ ਰਹੇ ਹੋ ਜਿਹੜਾ ਤੁਸੀਂ ਕਹਿੰਦੇ ਹੋ ਇੱਕੋ ਤੇਰਾ ਮੇਰਾ ਪਿਓ ਇੱਕੋ ਤੇਰੀ ਮੇਰੀ ਮਾਂ ਹਾਂਜੀ ਇੱਕੋ ਸਾਡੀ ਜੰਮਣ ਪਾਉ ਤੂੰ ਸਰਦਾਰ ਮੈਂ ਕਮੀ ਕਿਉਂ ਇਹ ਇਹ ਸਾਰੀਆਂ ਚੀਜ਼ਾਂ ਉਹ ਸੇ ਚਾਹੁੰਦੇ ਨੇ ਨਾ ਗੱਲ ਆਪਣੀ ਜ਼ੁਬਾਨ ਚ ਕਰੀਏ ਲੇਕਿਨ ਮੌਸਰੇ ਦੀ ਕਰੀਏ ਸਰ ਇਹ ਦੁਨੀਆਂ ਲੁਕਾਈ ਦੀ ਗੱਲ ਕਰੀ ਤਾਂ ਕਿ ਉਹਨਾਂ ਨੂੰ ਚੰਗੀ ਲੱਗੇ ਮੇਰੇ ਖਿਆਲ ਏ ਕਿ ਜੋੜਨਾ ਜ਼ਿਆਦਾ ਔਖਾ ਹੈ ਇਹ ਮੁਸ਼ਕਲ ਕੰਮ ਹੈ ਜੋੜਨਾ ਤੋੜਨਾ ਤਾਂ ਕੋਈ ਔਖਾ ਕੰਮ ਨਹੀਂ ਹੈਗਾ ਮੈਂ ਇੱਕ ਮਿੰਟ ਤੁਹਾਨੂੰ ਤਾਂ ਕੋਈ ਇਥੋਂ ਨਰਾਜ਼ ਹੋ ਕੇ ਜਾ ਸਕਣਾ ਗਾਲੀ ਕੱਢਨੀ ਹੈ ਨਾ ਲੇਕਿਨ ਜੋੜਨਾ ਜਿਹੜਾ ਨਾ ਉਹ ਜ਼ਿਆਦਾ ਔਖਾ ਹੈ ਤੇ ਉਹਦੇ ਵਿੱਚ ਅਸੀਂ ਇਹ ਕੋਸ਼ਿਸ਼ ਕਰਨੇ ਕਿ ਲੋਕਾਈ ਨੂੰ ਲੋਕਾਂ ਨੂੰ ਜੋੜਿਆ ਜਾਏ ਲੋਕਾਂ ਦੇ ਵਿੱਚੋਂ ਇਹ ਅਹਿਸਾਸ ਮੁਕਾ ਦਿਓ ਕਿ ਮੇਰੇ ਕੋਲ ਬਹੁਤ ਜ਼ਿਆਦਾ ਕੁਝ ਹੈ ਤੇ ਮੈਂ ਵੱਡਾ ਵਾਂ ਤੇ ਇਹ ਬੰਦਾ ਆ ਕੇ ਕਿ ਮੇਰੇ ਕੋਲ ਕੁਝ ਨਹੀਂ ਤੇ ਮੈਂ ਕੁਝ ਨਹੀਂ ਇਹਦਾ ਇਹ ਮਤਲਬ ਨਹੀਂ ਅਗਰ ਜਿਸ ਸਮੇਂ ਤੁਹਾਡੇ ਇੱਥੇ ਕੈਨੇਡਾ ਚ ਆ ਕੇ ਦੇਖ ਰਹੇ ਆ ਕਿ ਲੋਕ ਇੰਤਜ਼ਾਰ ਕਰ ਰਹੇ ਨੇ ਚਾਹੇ ਕਿਸੇ ਨੇ ਇੱਕ 버거 ਲੈਣਾ ਜਾਂ ਕਿਸੇ ਨੇ ਪੂਰਾ ਕਰਦਾ ਖਾਣਾ ਲੈਣਾ ਇਹ ਨਹੀਂ ਹੈ ਕਿ 버거 ਖਾਣੇ ਵਾਲਾ ਕੇ ਜਾ ਲਗੇਗਾ ਤੇ ਇੱਕ ਲਾਈਨ ਵਾਲਾ ਚਾ ਜਿਹੜਾ ਉਹ ਪਿੱਛੇ ਲੱਗੇਗਾ ਬਸ ਐ ਨਹੀਂ ਕਿ ਸੋਚ ਜਦੋਂ ਸਾਡੇ ਮਾਸਟਰ ਚ ਉਧਰ ਇਹ ਤੇ ਸੋਚ ਆ ਚੁੱਕੀ ਹੈ ਨਾ ਜਦੋਂ ਉੱਥੇ ਸੋਚ ਆ ਜਾਏਗੀ ਤੇ ਫਿਰ ਅਸੀਂ ਇੱਕ ਦੂਜੇ ਦਾ ਅਹਿਸਾਸ ਕਰਨ ਲੱਗ ਪਾਵਗੇ ਪਿਆਰ ਕਰਨ ਲੱਗ ਪਾਵਗੇ ਇੱਕ ਦੂਜੇ ਨੂੰ ਇੱਜ਼ਤ ਦੇਣ ਲੱਗ ਪਾਵਗੇ ਤੇ ਫਿਰ ਨਫ਼ਰਤਾਂ ਦੂਰੀਆਂ ਜਿਹੜੀਆਂ ਨੇ ਉਹ ਆਪੇ ਮੁੱਕ ਜਾਣਗੀਆਂ ਹੋ ਜਾਣਗੀਆਂ ਤੇ ਮੈਂ ਕਿਉਂਕਿ ਸਾਡੇ ਕੋਲ ਮਿੰਟ ਇੱਕ ਬਚਿਆ ਤੇ ਤੁਹਾਡੇ ਵਾਸਤੇ ਸੰਦੀਪ ਹੋਰਾਂ ਨੇ ਬਹੁਤ ਸਾਰਾ ਸਤਕਾਰ ਭੇਜਿਆ ਅਥਰ ਸੈਦ ਹੋਰਾਂ ਨੇ ਮਾਸ਼ਾਅੱਲ ਰਾਜਾ ਜੀ ਦਵਿੰਦਰ ਗਿੱਦਾ ਹੋਰੀ ਉਹਨਾਂ ਦਾ ਮੈਂ ਨਾਮ ਜ਼ਿਕਰ ਕਰ ਚੁੱਕੀ ਹਾਂ ਕਮਰ ਸਾਹਿਬ ਨੇ ਪਰਮਿੰਦਰ ਖੈਰਾ ਕਹਿੰਦੇ ਨੇ ਅਜ ਤੱਕ ਘੜੀਆਂ ਰੋਕਦੇ ਹੋ ਜੀ ਸ਼ਾਮ ਤੱਕ ਮਾ ਬੜੀ ਮਹੱਬਤ ਪਰਮਿੰਦਰ ਕਹਿੰਦਾ ਘੜੀਆਂ ਪਾਣੀ ਦੇ ਆਜ ਅੰਬਰ ਦਾ ਮੈਂ ਬੂਆ ਖੋਲ ਕੇ ਵੇਖਾਂਗਾ ਰੱਬ ਦੇ ਨਾਲ ਪੰਜਾਬੀ ਬੋਲ ਕੇ ਵੇਖਾਂਗਾ ਤੇ ਉੱਚਾ ਕਰਕੇ ਮੈਂ ਜਾਵਾਂਗਾ ਜਗ ਤੇ ਬੋਲ ਪੰਜਾਬੀ ਦਾ ਉੱਚਾ ਕਰਕੇ ਮੈਂ ਜਾਵਾਂਗਾ ਜਗ ਤੇ ਬੋਲ ਪੰਜਾਬੀ ਦਾ ਕਰ ਕਰ ਵਜਦਾ ਲੋਕ ਸੁਣਨਗੇ ਇੱਕ ਦਿਨ ਟੋਰ ਪੰਜਾਬੀ ਵਾਹ ਕੀ ਬਾਤ ਹੈ ਕੀ ਬਾਤ ਹੈ ਇੱਕ ਮੈਂ ਤੁਹਾਡੇ ਕੋਲੋਂ ਕਿਉਂਕਿ ਸਾਡੀ ਆਵਾਜ਼ ਜੋ ਸਾਡੇ ਸਾਥੀ ਸੁਣ ਰਹੇ ਨੇ ਮਿਹਨਤ ਕਰਨ ਵਾਲੇ ਰੋਜ਼ ਆਪਣੀ ਹੋਂਦ ਨੂੰ ਪਛਾਣ ਕੇ ਲੱਭਣ ਵਾਲੇ ਇਹ ਲੋਕ ਲੱਗੇ ਹੋਏ ਨੇ ਇਨਾਂ ਵੱਡੇ ਸ਼ਹਿਰਾਂ ਦੇ ਵਿੱਚ ਆਪੋ ਆਪਣੀ ਐਗਜ਼ਿਸਟੈਂਸ ਨੂੰ ਆਪੋ ਆਪਣੀ ਪਛਾਣ ਨੂੰ ਸ਼ਨਾਖਤ ਨੂੰ ਤਲਾਸ਼ ਕਰ ਰਹੇ ਨੇ ਇਹ ਸਾਰੇ ਇਹਨਾਂ ਵਾਸਤੇ ਜਾਂਦੇ ਜਾਂਦੇ ਕੀ ਸੁਨੇਹਾ ਦਿਓਗੇ ਮੇਰੇ ਮਤਿ ਕਿ ਮੈਂ ਜ਼ਿੰਦਗੀ ਦੇ ਵਿੱਚ ਇੱਕੋ ਹੀ ਗੱਲ ਨੂੰ ਸਾਹਮਣੇ ਰੱਖਿਆ ਹੈ ਕਿ ਜੋ ਕਰੋਗੇ ਉਹ ਹੋਣਾ ਹੈ ਜੋ ਨਹੀਂ ਕਰਨਾ ਉਹ ਨਹੀਂ ਹੋਣਾ ਇਹ ਬੋਤਲ ਮੈਂ ਇੱਥੇ ਰੱਖ ਦਿੱਤੀ ਹੈ ਇਹ ਅਗਰ ਇਹਨੂੰ ਕੋਈ ਛੇੜੇਗਾ ਨਹੀਂ ਤੇ ਇਹ ਨਹੀਂ ਹਿਲੇਗਾ ਜੇ ਕੋਈ ਆ ਕੇ ਇਹਨੂੰ ਛੇੜੇਗਾ ਤੇ ਦੂਸਰੀ ਜਗ੍ਹਾ ਤੇ ਜਾ ਸਕਦੀ ਵਰਨਾ ਨਹੀਂ ਇਸ ਲਈ ਇਨਸਾਨ ਨੂੰ ਆਪਣੀ ਹਜਾਤੀ ਦੇ ਵਿੱਚ ਕਦੀ ਵੀ ਕਮਜ਼ੋਰੀ ਨਹੀਂ ਲਿਆਣੀ ਚਾਹੀਦੀ ਬੇਹਮਤੇ ਨਹੀਂ ਹੋਣਾ ਚਾਹੀਦਾ ਬਲਕਿ ਉਮਰ ਸ਼ੇਰੀ ਨੂੰ ਜਿਆਦਾ ਕਿ ਬੇਹਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕਦਰਾਂ ਦਾ ਬੇਹਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕਦਰਾਂ ਦਾ ਉਗਣ ਵਾਲੇ ਉਗ ਪੈਂਦੇ ਨੇ ਸੀਨਾ ਪਾੜ ਕੇ ਪਥਰਾਂ ਦਾ ਤੇ ਮੰਜ਼ਲ ਦੇ ਮੱਥੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ ਮੰਜਲ ਦੇ ਮੱਥੇ ਦੇ ਉੱਤੇ ਤਕਤੀ ਲੱਗਦੀ ਉਹਨਾਂ ਦੀ ਜਿਹੜੇ ਘਰੋਂ ਬਣਾ ਕੇ ਟੁੱਟਦੇ ਨਕਸ਼ਾ ਆਪਣੇ ਸਫਰਾਂ ਦਾ ਜਿਹੜੇ ਘਰੋਂ ਬਣਾ ਕੇ ਟੁੱਟਦੇ ਨਕਸ਼ਾ ਆਪਣੇ ਸਫਰਾਂ ਦਾ ਤੇ ਮੇਰੇ ਮਜ਼ਦੂਰਾਂ ਵਾਸਤੇ ਸ਼ੇਰ ਮੈਂ ਕਹਦਣਾ ਕਿ ਮੇਰੇ ਮੁੜ ਕੇ ਨਾਲ ਖਲੋਤਾ ਤਾਜ ਮਹਿਲ ਮੇਰੇ ਮੁੜ ਕੇ ਨਾਲ ਖਲੋਤਾ ਤਾਜ ਮਹਿਲ ਝੂਠਾਵਾ ਤੇ ਫਿਰ ਬਣਵਾ ਕੇ ਵੇਖ ਲਵਾਂ। ਕੀ ਬਾਤ ਹੈ? ਕੀ ਬਾਤ ਹੈ? ਮੈਨੂੰ ਅ ਬਹੁਤ ਦਿਲ ਕਰ ਰਿਹਾ ਹੈ ਕਿ ਮੈਂ ਨਾ ਅਗਲਾ ਪ੍ਰੋਗਰਾਮ ਮੈਂ ਹਾਈਜੈਕ ਕਰ ਜਵਾਂ ਪਰ ਕੀਤਾ ਨਹੀਂ ਜਾਣਾ ਕਿ ਕਿ ਸਮਾਂ ਸਾਡੇ ਕੋਲ ਸੀਮਤ ਹੈ। ਜ਼ਿੰਦਗੀ ਦਾ ਹਿੱਸਾ ਹੈ ਉਹ ਟਾਈਮਿੰਗ ਦੀ। ਸ਼ੁਕਰੀਆ ਬਹੁਤ-ਬਹੁਤ। ਥੈਂਕ ਯੂ ਜੀ। ਬਹੁਤ-ਬਾਤ ਜੀ। ਬੜੀ ਮਾਜੂ ਬੜੀ ਰੋਸ਼ਨੀ ਚੈਨਲ ਦਾ ਵੀ ਸ਼ੁਕਰੀਆ। ਸ਼ੁਕਰੀਆ ਜੀ। ਰੋਸ਼ਨੀ ਪ੍ਰੋਗਰਾਮ ਦਾ ਰੈਡ ਅਲੂਸ਼ਨੀ। ਸ਼ੁਕਰੀਆ ਸ਼ੁਕਰੀਆ ਬਹੁਤ ਤੇ ਸਾਡੇ ਸਾਰੇ ਸਾਥੀਆਂ ਵੱਲੋਂ ਜੇ ਤੁਹਾਨੂੰ ਪਿਆਰ ਆਇਆ ਹੈ ਨਿਊ ਜਰਸੀ ਤੋਂ ਵੀ ਤੁਹਾਨੂੰ ਸੁਣ ਰਹੇ ਨੇ ਕਮਲਜੀਤ ਸਿੰਘ ਬਰਾਏ ਹੋਰਾਂ ਦਾ ਵੀ ਪਿਆਰ ਆਇਆ ਤੁਹਾਨੂੰ ਬੜੀ ਮਮਤਾ ਜੀ ਤੇ ਸਭ ਨੂੰ ਮੇਰੇ ਵੱਲੋਂ ਸलाम ਸਤ ਸ੍ਰੀ ਅਕਾਲ ਜੋ ਵੀ ਹੈ ਸ਼ੁਕਰੀਆ ਬਹੁਤ ਬਾਤ ਅੱਜ ਤੁਸੀਂ ਸਟੂਡੀਓ ਦੇ ਵਿੱਚ ਆਏ ਹੋ ਤੇ ਫਿਰ ਦੁਬਾਰਾ ਇਨਸ਼ਾਅੱਲਾ ਜ਼ਰੂਰ ਮੁਲਾਕਾਤ ਹੋਏਗੀ ਅੱਲਾ ਖੈਰ ਸ਼ੁਕਰੀਆ ਸ਼ੁਕਰੀਆ ਥੈਂਕ ਯੂ ਜੀ ਤੇ ਇਹਨਾਂ ਨਾਲ ਹੀ ਅਸੀਂ ਪ੍ਰੋਗਰਾਮ ਰੌਸ਼ਨੀ ਖਤਮ ਕਰਦੇ ਹਾਂ ਜੀ